ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦੀ ਵੀਡੀਓ ਵਿੱਚ। ਤੁਸੀਂ ਦੇਖ ਰਹੇ ਹੋ ਪੰਜਾਬ ਆਈਟੀ ਸਕਿੱਲਸ ਯੂਟਿਊਬ ਚੈਨਲ ਅਤੇ ਮੈਂ ਹਾਂ ਹਰਭਜਨ ਸਿੰਘ। ਅਤੇ ਅੱਜ ਅਸੀਂ ਦੇਖਾਂਗੇ ਕਿ ਅਸੀਂ ਔਨਲਾਈਨ ਟੈਸਟ ਕਿਵੇਂ ਤਿਆਰ ਕਰ ਸਕਦੇ ਹਾਂ ਅਤੇ ਕਿਵੇਂ ਅਸੀਂ ਉਹ ਅਟੈਂਪਟ ਕਰਵਾ ਸਕਦੇ ਹਾਂ। ਅਤੇ ਕੋਈ ਵੀ ਅਗਰ ਤੁਹਾਨੂੰ ਔਨਲਾਈਨ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਉਸਨੂੰ ਕਿਸ ਤਰ੍ਹਾਂ ਕਲੈਕਟ ਕਰਵਾ ਸਕਦੇ ਹੋ ਈਜ਼ੀ ਵੇ ਦੇ ਨਾਲ। ਅਤੇ ਸਾਡੇ ਕੋਲ ਗੂਗਲ ਦਾ ਜਿਹੜਾ ਪੇਜ ਖੁੱਲਿਆ ਹੋਇਆ ਹੈ ਅਤੇ ਅਸੀਂ ਆਪਣੀ ਈਮੇਲ ਆਈਡੀ ਤੋਂ ਲੌਗਇਨ ਕੀਤਾ ਹੋਇਆ। ਉਹਦੇ ਨਾਲ ਹੀ ਤੁਹਾਨੂੰ ਜਿਹੜੇ ਆ ਐਂਡਰੋਇਡ ਫੋਨ ਦੀ ਤਰ੍ਹਾਂ ਇੱਕ ਡੌਕ ਮਿਲ ਜਾਏਗਾ, ਤੁਸੀਂ ਉਹਦੇ 'ਤੇ ਕਰੋਗੇ ਕਲਿੱਕ। ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਆਪਸ਼ਨ ਆਏਗੀ ਨੀਚੇ ਗੂਗਲ ਡਰਾਈਵ। ਇਹ ਜਿਹੜੀ ਸੇਮ ਐਪ ਆ ਤੁਹਾਡੇ ਫੋਨ ਦੇ ਵਿੱਚ ਵੀ ਹੋਏਗੀ, ਤੁਸੀਂ ਉਹ ਐਪ ਵੀ ਓਪਨ ਕਰ ਸਕਦੇ ਹੋ। ਅਤੇ ਗੂਗਲ ਡਰਾਈਵ ਓਪਨ ਹੋ ਜਾਣ ਤੋਂ ਬਾਅਦ ਤੁਸੀਂ ਦੇਖਣਾ ਹੈ ਕਿ ਤੁਹਾਡੇ ਡਰਾਈਵ ਦੇ ਵਿੱਚ ਕਿੱਥੇ ਜਗ੍ਹਾ ਖਾਲੀ ਹੈ, ਅਤੇ ਉਹ ਖਾਲੀ ਜਗ੍ਹਾ 'ਤੇ ਤੁਸੀਂ ਫੋਲਡਰ ਬਣਾ ਸਕਦੇ ਹੋ। ਅਤੇ ਅਸੀਂ ਤੁਹਾਨੂੰ ਇਹੀ ਸੁਜੈਸਟ ਕਰਾਂਗੇ, ਜਿਹੜਾ ਵੀ ਤੁਸੀਂ ਕੰਮ ਕਰਨਾ ਹੈ, ਤੁਸੀਂ ਟੈਸਟ ਲੈਣੇ ਆ, ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਕੋਈ ਕੰਮ ਕਰਨਾ, ਉਹਦੇ ਲਈ ਪ੍ਰੋਪਰ ਤੁਸੀਂ ਫੋਲਡਰ ਬਣਾਓ। ਫੋਲਡਰ ਬਣਾਓਗੇ ਅਤੇ ਉਹਦੇ ਨਾਲ ਕਿਆ ਹੋਏਗਾ, ਤੁਹਾਨੂੰ ਜਿਹੜਾ ਫਾਈਲਸ ਡਾਟਾ ਹੈ ਉਹ ਮੈਨੇਜ ਕਰਨਾ ਥੋੜ੍ਹਾ ਆਸਾਨ ਹੋ ਜਾਏਗਾ। ਅਤੇ ਉਹਦੇ ਨਾਲ ਤੁਸੀਂ ਜਿੰਨੇ ਵੀ ਟੈਸਟ ਲਏ ਆ ਉਹਨਾਂ ਦੀ ਰਿਪੋਰਟਿੰਗ ਵਧੀਆ ਤਰੀਕੇ ਦੇ ਨਾਲ ਕਰ ਸਕੋਗੇ। ਅਤੇ ਤੁਸੀਂ ਕਿਆ ਕਰਨਾ ਹੈ, ਰਾਈਟ ਕਲਿੱਕ ਕਰਨਾ ਹੈ ਜੀ। ਰਾਈਟ ਕਲਿੱਕ ਕਰੋਗੇ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਆਉਣਗੀਆਂ। ਉਹਨਾਂ ਤੋਂ ਬਾਅਦ ਤੁਸੀਂ ਸਿਲੈਕਟ ਕਰਨੀ ਆ ਮੋਰ। ਮੋਰ ਤੋਂ ਬਾਅਦ ਕਲਿੱਕ ਕਰ ਦੇਣਾ ਗੂਗਲ ਫੋਰਮ 'ਤੇ। ਗੂਗਲ ਫੋਰਮ 'ਤੇ ਕਲਿੱਕ ਕਰਨ ਤੋਂ ਬਾਅਦ ਪੇਜ ਥੋੜ੍ਹਾ ਲੋਡਿੰਗ ਲਏਗਾ ਅਤੇ ਤੁਹਾਡੇ ਲਈ ਇੱਕ ਬਲੈਂਕ ਯੂਜ਼ਰ ਫੋਰਮ ਤਿਆਰ ਹੋ ਕੇ ਸਾਹਮਣੇ ਆ ਜਾਏਗਾ। ਇੱਥੇ ਜਿਹੜਾ ਤੁਸੀਂ ਗੂਗਲ ਫੋਰਮ ਦਾ ਜਿਹੜਾ ਟਾਈਟਲ ਉਹ ਦੇ ਸਕਦੇ ਹੋ, ਅਤੇ ਅਸੀਂ ਇਸ ਨੂੰ ਟਾਈਟਲ ਦਿੰਦੇ ਹਾਂ ਡੈਮੋ ਟੈਸਟ। ਥੱਲੇ ਡਿਸਕ੍ਰਿਪਸ਼ਨ ਵੀ ਦੇ ਸਕਦੇ ਹੋ ਟੈਸਟ ਤੁਸੀਂ ਕਿਸ ਲਈ ਦੇ ਰਹੇ ਹੋ, ਕਿਸ ਲਈ ਨਹੀਂ ਦੇ ਰਹੇ ਹੋ। ਅਤੇ ਸਭ ਤੋਂ ਪਹਿਲਾਂ ਜਿਹੜਾ ਬੱਚੇ ਦਾ ਨਾਮ ਹੀ ਆਏਗਾ, ਤੁਸੀਂ ਇਨਫੋਰਮੇਸ਼ਨ ਜਿਹੜੀ ਕਲੈਕਟ ਕਰਨੀ ਹੈ ਬੱਚੇ ਦੀ। ਬੱਚੇ ਦਾ ਨੇਮ ਆ ਉਹ ਇੱਕ ਸ਼ੋਰਟ ਟੈਕਸਟ ਦੇ ਰੂਪ ਵਿੱਚ ਆਏਗਾ, ਜਿਵੇਂ ਤੁਸੀਂ ਟਾਈਪ ਕਰੋਗੇ ਆਟੋਮੈਟਿਕਲੀ ਤੁਸੀਂ ਦੇਖਿਆ ਹੈ ਕਿ ਇਹ ਆਟੋ ਚੇਂਜ ਹੋ ਗਿਆ ਹੈ। ਅਤੇ ਅਸੀਂ ਇਹਨੂੰ ਕਰ ਦਾਂਗੇ ਰਿਕੁਆਇਰ, ਇਹ ਭਰਨਾ ਜ਼ਰੂਰੀ ਹੈ। ਅਤੇ ਇਸੇ ਕੁਐਸਚਨ ਦਾ ਅਸੀਂ ਬਣਾ ਲਾਂਗੇ ਡੁਪਲੀਕੇਟ, ਅਤੇ ਇਹ ਹੋ ਜਾਏਗਾ। ਉਸ ਤੋਂ ਬਾਅਦ ਫਾਦਰ ਨੇਮ, ਇਹ ਵੀ ਰਿਕੁਆਇਰ ਆ, ਅਤੇ ਇਸਦੀ ਵੀ ਅਸੀਂ ਕਾਪੀ ਬਣਾ ਲਾਂਗੇ। ਅੱਗੇ ਚਾਹੀਦਾ ਸਾਨੂੰ ਰੋਲ ਨੰਬਰ, ਬੱਚਾ ਲੋਕੇਟ ਕਰਨਾ ਆਸਾਨ ਹੋ ਜਾਂਦਾ ਹੈ। ਅਤੇ ਨੀਚੇ ਆਟੋਮੈਟਿਕਲੀ ਆ ਜਾਂਦਾ ਹੈ ਕਿ ਇਹ ਜਿਹੜੀ ਵੈਲੀਡੇਸ਼ਨ ਇਹਦੀ ਐਜ ਏ ਨੰਬਰ ਹੋਵੇ। ਉਸ ਤੋਂ ਬਾਅਦ ਜਿਹੜੇ ਆ ਤੁਸੀਂ ਪੁੱਟ ਕਰਨੇ ਨੇ ਕੁਐਸਚਨ, ਅਤੇ ਜਿਹੜੇ ਕੁਐਸਚਨ ਹੈਗੇ ਆ ਉਹ ਤੁਸੀਂ ਇਸੀ ਕੁਐਸਚਨ ਦਾ ਡੁਪਲੀਕੇਟ ਬਣਾ ਕੇ ਪੁੱਟ ਕਰ ਸਕਦੇ ਹੋ। ਤਾਂ ਕੁਐਸਚਨ ਨੰਬਰ 1, ਜਦ ਤੱਕ ਅਸੀਂ ਕੁਐਸਚਨ ਐਂਟਰ ਕਰਦੇ ਹਾਂ ਅਸੀਂ ਵੀਡੀਓ ਨੂੰ ਕਰ ਦਿੰਦੇ ਹਾਂ ਥੋੜ੍ਹਾ ਪੌਜ਼। ਅਤੇ ਤੁਸੀਂ ਦੇਖ ਪਾ ਰਹੇ ਹੋ ਸਕਰੀਨ 'ਤੇ ਅਸੀਂ ਜਾਵਾ ਸਕ੍ਰਿਪਟ ਦੇ MCQs ਜਿਹੜੇ ਆ ਪ੍ਰਿਪੇਅਰ ਕੀਤੇ ਆ, ਅਤੇ ਅਸੀਂ ਦੋ ਸੈਕਸ਼ਨਸ ਵਾਸਤੇ ਇਹਨਾਂ ਨੂੰ ਰੱਖਿਆ ਹੈ। ਅਤੇ ਜਿਹੜਾ ਇਹਨਾਂ ਦੇ ਆਂਸਰ ਕੀ ਆ ਉਹ ਬਿਲਕੁਲ ਉਸੇ ਤਰੀਕੇ ਦੇ ਨਾਲ ਲਗਾਈ ਆ ਜਿਵੇਂ ਅਸੀਂ ਇੱਕ ਪਹਿਲਾਂ ਵੀਡੀਓ ਬਣਾਈ ਸੀ। ਉਹਦੇ ਲਈ ਤੁਸੀਂ ਜਾਣਾ ਸੈਟਿੰਗ 'ਤੇ, ਸੈਟਿੰਗ 'ਤੇ ਜਾਣ ਤੋਂ ਬਾਅਦ ਤੁਸੀਂ ਕਲਿੱਕ ਕਰਨਾ ਹੈ ਕੁਇਜ਼ 'ਤੇ। ਕੁਇਜ਼ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਨੇਬਲ ਕਰ ਦੇਣਾ ਮੇਕ ਏ ਕੁਇਜ਼। ਇਸ ਤਰ੍ਹਾਂ ਇਨੇਬਲ ਕਰਨ ਤੋਂ ਬਾਅਦ ਤੁਸੀਂ ਉਹਨੂੰ ਕਰ ਦੇਣਾ ਸੇਵ। ਤਾਂ ਜਿੰਨੇ ਵੀ ਜਿਹੜੇ ਤੁਸੀਂ ਕੁਐਸਚਨ ਬਣਾਉਂਦੇ ਹੋ ਸਾਰਿਆਂ ਦੇ ਨੀਚੇ ਤੁਹਾਨੂੰ ਆਂਸਰ ਕੀ ਦੀ ਇੱਕ ਆਪਸ਼ਨ ਆ ਜਾਏਗੀ। ਤੁਸੀਂ ਜਸਟ ਉਸ 'ਤੇ ਕਲਿੱਕ ਕਰਨਾ ਹੈ ਕਿੰਨੇ ਨੰਬਰ ਦਾ ਕੁਐਸਚਨ ਰੱਖਣਾ ਅਤੇ ਉਸਦਾ ਆਂਸਰ ਕਿਹੜਾ ਹੈ, ਇਹ ਸੈੱਟ ਕਰ ਦੇਣਾ। ਉਹ ਤੋਂ ਬਾਅਦ ਕਰ ਦੇਣਾ ਡਨ। ਅਤੇ ਇਸ ਤਰ੍ਹਾਂ ਜਿਹੜਾ ਤੁਹਾਡੇ ਸਾਰੇ ਕੁਐਸਚਨ ਉਹ ਬਣ ਜਾਣਗੇ। ਅਗਰ ਕਿਸੇ ਕੁਐਸਚਨ ਦੇ ਵਿੱਚ ਤੁਸੀਂ ਫੋਟੋ ਨੂੰ ਐਜ਼ ਏ ਕੁਐਸਚਨ ਪਾਉਣਾ ਚਾਹੁੰਦੇ ਹੋ, ਜਿਵੇਂ ਤੁਸੀਂ ਕੁਐਸਚਨ 'ਤੇ ਜਾਓਗੇ ਤੁਹਾਨੂੰ ਸਾਈਡ 'ਤੇ ਇਮੇਜ ਦੀ ਆਪਸ਼ਨ ਆ ਜਾਏਗੀ, ਤਾਂ ਉਹ ਤੁਸੀਂ ਇਮੇਜ ਅਪਲੋਡ ਕਰ ਸਕਦੇ ਹੋ, ਜਾਂ ਤੁਸੀਂ ਡਰਾਈਵ ਤੋਂ ਚੈੱਕ ਕਰ ਸਕਦੇ ਹੋ, ਜਾਂ ਤੁਸੀਂ ਗੂਗਲ ਇਮੇਜ ਸਰਚ 'ਤੇ ਕਲਿੱਕ ਕਰਕੇ ਉੱਥੋਂ ਹੀ ਸਰਚ ਕਰਕੇ ਇੰਸਰਟ ਕਰ ਸਕਦੇ ਹੋ। ਠੀਕ ਹੈ ਜੀ। ਅਗਰ ਤੁਸੀਂ ਆਪਸ਼ਨਸ ਆ ਜਿਹੜੀਆਂ ਉਹ ਵੀ ਕਿਸੇ ਇਮੇਜ ਦੇ ਰੂਪ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਹਾਡੇ ਕੋਲ ਆਪਸ਼ਨ ਆ ਜਾਏਗੀ, ਤੁਸੀਂ ਉਹ ਵੀ ਕਰ ਸਕਦੇ ਹੋ ਜੀ। ਅਤੇ ਉਸ ਤੋਂ ਬਾਅਦ ਜਿੰਨੇ ਵੀ ਤੁਸੀਂ ਕੁਐਸਚਨ ਬਣਾਏ ਆ ਇਹ ਤੁਸੀਂ ਸਾਰੇ ਸੈਂਡ ਕਰ ਦੇਣੇ ਆ ਬੱਚਿਆਂ ਨੂੰ। ਬੱਚੇ ਆਪਣਾ ਘਰੋਂ ਘਰ ਬੈਠ ਕੇ ਇਹਨਾਂ ਨੂੰ ਅਟੈਂਪਟ ਕਰ ਸਕਦੇ ਆ।
पूरे 15 क्वेश्चन ने जी। साइट ते तुसी ऊपर देख पा रहे हो 45 नंबर दा ये टेस्ट है, ते तुसी क्लिक करना है सेंड ते। सेंड ते क्लिक करन तो बाद तुसी क्लिक करना है क्लिप ते, उस तो बाद थोड़े को लिंक आ जाएगा, तुसी क्लिक करना है कॉपी ते। ये लिंक नू कॉपी करन तो बाद तुसी व्हाट्सएप दे ग्रुप ते पा सकते हो, बच्चे नू परसनली सेंड कर सकते हो। ये जिहड़े स्टेप मैं लैपटॉप ते फॉलो किए ने, यह तुहानू एंड्रॉयड फोन ते भी सेम ही होणगे। ते जदों बच्चे ये टेस्ट नू अटैम्प्ट करनगे तां अटैम्प्ट होण तो बाद ये कुछ इदां दा दिखेगा। तां तुहाडे कोल जिहड़ा सैकंड पेज आ ओह रिस्पोंसिस दा है। साडे कोल 30 बच्चियां ने इस टेस्ट नू अटैम्प्ट कीता सी, ते तुसीं रिस्पोंसिस ते क्लिक करोगे ते ये जिहड़ी ऑप्शन आ सब तो पहला तुहाडे कोल आउंदी आ ਉਹ ਟੈਸਟ ਓਪਨ ਕਰਨ ਦੀ ਜਾਂ ਕਲੋਜ਼ ਕਰਨ ਦੀ, ਮਤਲਬ ਜਿਹੜਾ ਤੁਸੀਂ ਟੈਸਟ ਭੇਜਿਆ ਹੈ ਉਹ ਐਕਸੈਪਟਿੰਗ ਰਿਸਪੋਂਸਿਸ ਦੇ ਨਾਲ ਆ। ਅਤੇ ਅਗਰ ਤੁਸੀਂ ਟੈਸਟ ਬੰਦ ਕਰਨਾ ਚਾਹੁੰਦੇ ਹੋ ਤੁਸੀਂ ਜਸਟ ਇਸ ਨੂੰ ਬੰਦ ਕਰ ਦੇਣਾ, ਉਹ ਤੋਂ ਬਾਅਦ ਤੁਹਾਡੇ ਕੋਲ ਸਮਰੀ ਆ ਜਾਏਗੀ। ਇਹ ਡਿਟੇਲ ਸਮਰੀ ਹੈ ਹਰੇਕ ਚੀਜ਼ ਦੇ ਬਾਰੇ, ਰੋਲ ਨੰਬਰ ਵਾਈਜ਼ ਕੁਸ਼ਚਨ ਵਾਈਜ਼ ਵੀ ਹਰੇਕ ਕੁਸ਼ਚਨ ਦਾ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਹੜੇ ਕੁਸ਼ਚਨ 'ਤੇ ਕਿੰਨੇ ਪਰਸੈਂਟ ਬੱਚਿਆਂ ਨੇ ਟਿਕ ਕੀਤਾ ਹੈ। ਤੇ ਦੂਸਰਾ ਜਿਹੜਾ ਹੈਗਾ ਹੈ ਉਹ ਹੈ ਕੁਸ਼ਚਨ। ਇਹਦੇ ਵਿੱਚ ਤੁਸੀਂ ਪਰ ਕੁਸ਼ਚਨ ਦੇ ਅਕੋਰਡਿੰਗ ਲਿਸਟ ਦੇਖ ਸਕਦੇ ਹੋ ਕਿ ਕਿੱਦਾਂ ਦੇ ਬੱਚਿਆਂ ਨੇ ਰਿਸਪੋਂਸ ਭਰੇ ਨੇ। ਤੁਸੀਂ ਜਸਟ ਚੈੱਕ ਕਰਨਾ ਚਾਹੁੰਦੇ, ਮੈਂ ਕੁਸ਼ਚਨ ਨੰਬਰ 1 ਨੂੰ ਚੈੱਕ ਕਰਾਂ ਤਾਂ ਤੁਹਾਨੂੰ ਪਤਾ ਇੱਥੋਂ ਹੀ ਪਤਾ ਚੱਲ ਜਾਏਗਾ ਕਿ ਜ਼ਿਆਦਾਤਰ ਟੈਸਟ ਕਿਹੜੇ ਕੁਸ਼ਚਨ ਦੇ ਵਿੱਚ ਜਾਂ ਕਿੰਨੇ ਬੱਚਿਆਂ ਦਾ ਗਲਤ ਆ। ਅਤੇ ਤੀਸਰਾ ਆਉਂਦਾ ਹੈ ਇੰਡੀਵਿਜੁਅਲ, ਉਹਦੇ ਵਿੱਚ ਤੁਸੀਂ ਬੱਚੇ ਦੇ ਇੰਡੀਵਿਜੁਅਲੀ ਨੰਬਰ ਚੈੱਕ ਕਰ ਸਕਦੇ ਹੋ। ਜਿਵੇਂ ਫਸਟ ਬੱਚਾ ਹੈ ਸਾਡੇ ਕੋਲ, 39 ਨੰਬਰ ਆਇਆ 45 ਚੋਂ, ਤੁਸੀਂ ਨੈਕਸਟ ਕਰੋਗੇ, ਠੀਕ ਹੈ ਜੀ। ਅਗਰ ਤੁਸੀਂ ਇਸਦੀ ਕੁਇਕ ਰਿਪੋਰਟ ਚਾਹੁੰਦੇ ਹੋ ਤੁਸੀਂ ਕਲਿੱਕ ਕਰਨਾ ਹੈ ਇਸ ਵਾਲੇ ਬਟਨ 'ਤੇ। ਤੁਸੀਂ ਕਲਿੱਕ ਕਰ ਦਿਓਗੇ ਤਾਂ ਇੱਕ ਨਿਊ ਪੇਜ ਦੇ ਵਿੱਚ ਔਨਲਾਈਨ ਐਕਸਲ ਸ਼ੀਟ ਖੁੱਲ੍ਹ ਕੇ ਆ ਜਾਏਗੀ, ਜਿਹਦੇ ਵਿੱਚ ਪ੍ਰੋਪਰ ਟਾਈਮ ਸਟੈਂਪ ਵੀ ਹੋਏਗਾ ਕਿਹੜੇ ਬੱਚੇ ਨੇ ਕਿੰਨੇ ਵਜੇ ਟੈਸਟ ਅਟੈਂਪਟ ਕੀਤਾ ਹੈ, ਉਹਦੇ ਕਿੰਨੇ ਸਕੋਰ ਨੇ, ਸਟੂਡੈਂਟ ਦਾ ਨੇਮ, ਫਾਦਰ ਨੇਮ ਜਿਵੇਂ ਤੁਸੀਂ ਬਣਾਏ ਸੀਗੇ, ਰੋਲ ਨੰਬਰ ਅਤੇ ਅੱਗੇ ਜਿਹੜਾ ਕੁਸ਼ਚਨ ਅਟੈਂਪਟ ਕੀਤਾ ਹੋਇਆ ਬੱਚੇ ਨੇ। ਅਤੇ ਇਹ ਇੱਕ ਐਡ ਔਨ ਆਉਂਦਾ ਗੂਗਲ ਦੇ ਵਿੱਚ, ਅਗਰ ਤੁਸੀਂ ਇਹਨੂੰ ਨਹੀਂ ਬਣਾਉਂਦੇ ਆ ਇੱਕ ਕੁਇਜ਼ ਤਾਂ ਬਿਨਾਂ ਕੁਇਜ਼ ਬਣਾਏ ਵੀ ਤੁਸੀਂ ਚੈੱਕ ਕਰ ਸਕਦੇ ਆ, ਬਟ ਸਾਡੇ ਅਕੋਰਡਿੰਗਲੀ ਕੁਇਜ਼ ਇੱਕ ਵਧੀਆ ਆਪਸ਼ਨ ਹੈ। ਸੋ ਦੈਟ ਤੁਸੀਂ ਬਿਨਾਂ ਕਿਸੇ ਐਡ ਔਨ ਦੇ ਤੁਹਾਨੂੰ ਲੰਬੇ ਚੱਕਰ 'ਚ ਪੈਣ ਨਾਲੋਂ ਤੁਸੀਂ ਇੱਦਾਂ ਹੀ ਜਿਹੜਾ ਟੈਸਟ ਆ ਵਧੀਆ ਤਰੀਕੇ ਨਾਲ ਲੈ ਸਕਦੇ ਆ। ਉਸ ਤੋਂ ਬਾਅਦ ਤੁਸੀਂ ਜਾਓ ਫਾਈਲ 'ਤੇ, ਫਾਈਲ 'ਤੇ ਜਾਣ ਤੋਂ ਬਾਅਦ ਤੁਸੀਂ ਡਾਊਨਲੋਡ 'ਤੇ ਕਲਿੱਕ ਕਰਕੇ ਇਸ ਟੈਸਟ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਆ। ਅਸੀਂ ਇਸ ਨੂੰ ਡਾਊਨਲੋਡ ਕਰ ਲਿਆ ਜੀ। ਹੁਣ ਤੁਸੀਂ ਡਾਊਨਲੋਡ ਹੋਣ ਤੋਂ ਬਾਅਦ ਇਸ ਦੀਆਂ ਜਿਵੇਂ ਵੀ ਤੁਸੀਂ ਚਾਹੋ ਰਿਪੋਰਟਸ ਤਿਆਰ ਕਰ ਸਕਦੇ ਆ, ਅਤੇ ਇਸੇ ਤਰੀਕੇ ਨਾਲ ਤੁਸੀਂ ਨਵਾਂ ਟੈਸਟ ਬਣਾ ਸਕਦੇ ਆ। ਇਹੀ ਜਿਹੜਾ ਫੋਰਮ ਆ ਤੁਹਾਨੂੰ ਹੋਰ ਵੀ ਆਫਿਸ਼ੀਅਲ ਕੰਮਾਂ ਦੇ ਲਈ ਕੰਮ ਆ ਸਕਦਾ ਹੈ। ਮੰਨ ਲਓ ਤੁਸੀਂ ਕੋਲਮ ਵਾਈਜ਼ ਕਿਸੇ ਤੋਂ ਇਨਫੋਰਮੇਸ਼ਨ ਕਲੈਕਟ ਕਰਨੀ ਹੈ ਤਾਂ ਉਹ ਤੁਸੀਂ ਇੱਥੇ MCQs ਟਾਈਪ ਦੇ ਸਕਦੇ ਹੋ, ਠੀਕ ਹੈ ਜੀ। ਸ਼ੋਰਟ ਟੈਕਸਟ ਉਹਨਾਂ ਨੂੰ ਦੇ ਸਕਦੇ ਹੋ। ਜਦੋਂ ਸਾਰੇ ਇੰਸਟੀਟਿਊਸ਼ਨ ਡਿਟੇਲ ਭਰ ਦੇਣ ਤਾਂ ਉਸ ਤੋਂ ਬਾਅਦ ਤੁਸੀਂ ਉਹਨੂੰ ਐਕਸਲ ਦੇ ਵਿੱਚ ਕਨਵਰਟ ਕਰਕੇ ਸਿੰਪਲੀ ਉੱਥੋਂ ਤੁਸੀਂ ਡਾਟਾ ਜਿਹੜਾ ਕਲੈਕਟ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਹੋਏਗੀ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ ਜੀ। ਸਤਿ ਸ਼੍ਰੀ ਅਕਾਲ।